ਜਦੋਂ ਜ਼ਿਆਦਾ ਹੱਸਣ ਅਤੇ ਬੋਲਣ ਵਾਲਾ ਇਨਸਾਨ ਚੁੱਪ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਇਨਸਾਨ ਅੰਦਰੋਂ ਟੁੱਟ ਚੁੱਕਾ ਹੈ। ਰਿਸ਼ਤੇ ਘੱਟ ਬਣਾਓ ਅਤੇ ਉਹਨਾਂ ਨੂੰ ਦਿਲਾਂ ਤੋਂ ਨਿਭਾਓ। ਅਕਸਰ ਲੋਕ ਵਧੀਆ ਰਿਸ਼ਤੇ ਤਲਾਸ਼ ਕਰਦੇ ਹੋਏ ਬਹੁਤ ਵਧੀਆ ਰਿਸ਼ਤਿਆਂ ਨੂੰ ਗੁਆ ਦਿੰਦੇ ਨੇ। ਆਈ ਐਮ ਸੰਜੀਵ ਸ਼ਰਮਾ, ਯੂ ਆਰ ਵਾਚਿੰਗ ਮਾਈ ਮੋਟੀਵੇਸ਼ਨਲ ਟਾਕਸ ਅਤੇ ਸਾਡਾ ਅੱਜ ਦਾ ਵਿਸ਼ਾ ਹੈ ਸੰਕਟ ਯਾਨੀ ਕਿ ਕਸ਼ਟ। ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਸ਼ਟ ਆਉਂਦੇ ਨੇ। ਜੇਕਰ ਉਹੀ ਇਨਸਾਨ ਉਹਨਾਂ ਕਸ਼ਟਾਂ ਨੂੰ ਬੜੇ ਪਿਆਰ ਨਾਲ ਅਤੇ ਆਪਣੇ ਪਰਿਵਾਰ ਦੀ ਮਦਦ ਨਾਲ ਆਸਾਨੀ ਨਾਲ ਨਿਗਾ ਦੇਵੇ ਤਾਂ ਉਸ ਇਨਸਾਨ ਵਰਗਾ ਹੋਰ ਕੋਈ ਇਨਸਾਨ ਨਹੀਂ ਹੋਵੇਗਾ। ਕਸ਼ਟ ਵੇਲੇ ਤਿੰਨ ਤਰ੍ਹਾਂ ਦੇ ਇਨਸਾਨ ਤੁਹਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਨੇ। ਪਹਿਲੇ ਉਹ ਇਨਸਾਨ ਜਿਨ੍ਹਾਂ ਨੇ ਤੁਹਾਨੂੰ ਕਸ਼ਟ ਵਿੱਚ ਪਾਇਆ। ਤੁਹਾਨੂੰ ਉਹਨਾਂ ਲੋਕਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਤੁਹਾਨੂੰ ਕਸ਼ਟ ਦਿੱਤੇ ਨੇ। ਆਉਣ ਵਾਲੇ ਸਮੇਂ ਵਿੱਚ ਉਹਨਾਂ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹੋ। ਦੂਜੀ ਉਹ ਲੋਕ ਜਿਨ੍ਹਾਂ ਨੇ ਤੁਹਾਡਾ ਸਾਥ ਛੱਡ ਦਿੱਤਾ ਉਸ ਵਕਤ ਜਦੋਂ ਤੁਸੀਂ ਸੰਕਟ ਵਿੱਚ ਸੀ। ਉਹ ਲੋਕ ਅੱਗੇ ਤੋਂ ਵੀ ਕਦੇ ਵੀ ਤੁਹਾਡੀ ਮਦਦ ਨਹੀਂ ਕਰਨਗੇ ਅਤੇ ਨਾ ਹੀ ਤੁਹਾਨੂੰ ਉਹਨਾਂ ਦੀ ਮਦਦ ਦੀ ਜ਼ਰੂਰਤ ਹੈ। ਅਜਿਹੇ ਲੋਕ ਤੁਹਾਡੇ ਦੋਸਤ ਨਹੀਂ ਹਨ ਅਤੇ ਨਾ ਹੀ ਉਹ ਤੁਹਾਡੇ ਕਦੇ ਕੰਮ ਆਉਣ ਵਾਲੇ ਹਨ ਅਤੇ ਨਾ ਹੀ ਤੁਹਾਨੂੰ ਉਹਨਾਂ ਤੋਂ ਕੋਈ ਮਦਦ ਦੀ ਉਮੀਦ ਕਰਨੀ ਚਾਹੀਦੀ ਹੈ। ਤੀਜੇ ਉਹ ਲੋਕ ਜਿਨ੍ਹਾਂ ਨੇ ਸੰਕਟ ਵੇਲੇ ਜਾਂ ਕਸ਼ਟ ਵੇਲੇ ਤੁਹਾਡਾ ਸਾਥ ਦਿੱਤਾ, ਤੁਹਾਡੀ ਹਿੰਮਤ ਵਧਾਈ ਅਤੇ ਤੁਹਾਨੂੰ ਹਮੇਸ਼ਾ ਚੰਗਾ ਕਰਨ ਲਈ ਪ੍ਰੇਰਿਆ। ਇਹ ਤੁਹਾਡੇ ਸੱਚੇ ਮਿੱਤਰ ਨੇ ਜੋ ਹਮੇਸ਼ਾ ਤੁਹਾਡੇ ਨਾਲ ਰਹਿਣਗੇ। ਜੇਕਰ ਇਹ ਗੱਲਾਂ ਤੁਸੀਂ ਯਾਦ ਰੱਖਦੇ ਹੋ ਤਾਂ ਕਸ਼ਟ ਜਾਂ ਸੰਕਟ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਆਉਣਗੇ। ਕਸ਼ਟ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੇ ਨੇ, ਪਰ ਕਸ਼ਟ ਵੇਲੇ ਇਨਸਾਨ ਨੂੰ ਕਿਧਰੇ ਭੱਜਣਾ ਨਹੀਂ ਚਾਹੀਦਾ, ਬਲਕਿ ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਨਾਲ ਰਹਿ ਕੇ ਉਸਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਗਏ, ਤੁਹਾਡੀ ਜ਼ਿੰਦਗੀ ਬਿਲਕੁਲ ਕਾਮਯਾਬ ਹੋ ਜਾਏਗੀ। ਹਰ ਵਾਰ ਦੀ ਤਰ੍ਹਾਂ ਜ਼ਿੰਦਗੀ ਬੜੀ ਹੀ ਹਸੀਨ ਹੈ, ਬੜੀ ਹੀ ਖੂਬਸੂਰਤ ਹੈ। ਆਲਵੇਜ਼ ਬੀ ਹੈਪੀ।